ਜੀ ਲੈ ਆ ਛੇਤੀ ਕਰ ਐ ਵੀ ਲੈ ਲੈ ਤੂੰ ਐਂ ਨਹੀਂ ਮੇਰੇ ਕੋ ਕਰਾਉਣਾ ਤੂੰ ਜਾ ਬਣਾ ਛੂ ਏ ਬਾਬਾ ਬਾਬਾ ਉਹ ਲੈ ਆਹੋ ਜੀ ਏ ਐ ਕੌਣ ਇਧਰ ਆ ਨਹੀਂ ਬੇਵਾ ਔਰਤੇ ਤੁਸੀਂ ਕੌਣ ਹੋ ਲੱਡੂ ਹਾਏ ਅੱਲਾ ਇਧਰ ਆਓ ਤੁਸੀਂ ਕੌਣ ਤੁਹਾਨੂੰ ਰਸਗੁੱਲਾ ਖਵਾਵਾਂ ਰਸਗੁੱਲਾ ਖਵਾਵਾਂ ਲੈ ਲੈ ਉਹ ਚਾਨਣ ਪੂਰਾ ਛੇਤੀ ਕਰ ਲੱਡੂ ਆਇਆ ਲੱਡੂ ਬੀਬੀ ਜੀ ਓਏ ਮੈਂ ਆ ਜਾਵਾਂ ਗਾਗ ਗਾਗ ਅਸਾ ਮੈਂ ਮਰ ਗਈ ਮੇਰਾ ਆਸ਼ਿਕ ਆ ਗਿਆ ਮੈਂ ਤੂੰ ਕਿੱਥੇ ਸਾ ਦੱਸਣਾ ਕਿੱਥੇ ਸਾ ਐ ਆ ਪੇਸਟਰੀ ਐ ਕੱਟ ਪੈਰੇ ਕੱਟ ਤੈਨੂੰ ਪਤਾ ਨਾ ਕਿੰਨੇ ਹਰ ਮੈਂ ਗਿਣ ਕੇ ਸੁੱਟਣ ਲੱਗੀ ਵੀ ਛੱਡਿਆ ਮੈਂ ਤੁਹਾਡੀ ਭੈਣ ਕੱਢ ਲੈਣੀ ਆ तेरे वाला नु इन्नी अग लगी तेरे जज्बातां दे टोंसिस पट्टण वाले आणगे हेलो हाँ जी बुटू कमाल कौन है मैं ही आपकी अम्मी नाके पे पकड़ी गई फिर फड़ी गई तेरी माँ मैं करना प्यार करना मैं भी तेरे प्यार करनी हूँ दिलो कैंडी है नहीं क्यों मैं नहीं करती मरे तेनू करना पैना मेरा 5 लाख लग गया तेनू प्यार नहीं करना होता चल 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 मर चल आज राजा 150 वाले हो नहीं पढ़ा तो मोड़ने तक पल्ला रखे करो बंदे नो आगे करना दस होए पैसे भी फाड़ तो तू ही दस पैसे पढ़ा तू क्यों जान जान की तेरा फिगर इस फिगर ते मेनू बड़ी फिगर है ए पाट है तू सही है ना मैंने तो खाना नहीं मतलब करना मैं तेरा प्यार करने मैं तेनू कभी नहीं धोखा दवांगी दिलो कह रही दिलो कह रही ए पैसे वापस कर दे मेरी अम्मी दी कमेटी निकली मैं वापस करने ने ए जे तू मेनू हाथ लाया ना दो वारी पैसे कर दे ओदे भी देने ने हां जी आई ते दो छोटा लगन नहीं एक टूट ला ला आशक कदो 2.5 रुपए का आशक सी दफा कर लै गए प्यार करनी मेहरबानी ये रखो वापस इतना हमने क्या करना सिर्फ नोट ही गिनने मैं और बुढ़ाल ने क्या अपनी ये तो है ही नहीं तैनू की मैं पता है तेरी आज बहुत बज रही है सानू पूरा जग जानदा है किसे दी जुर्रत नहीं के पुराने कपड़े किसे होर नू देवे साडा हक बनदा असी यतीम है ਸੀ ਬਦਮਾਸ਼ ਹੋ ਹਾਂ ਅਸੀਂ ਬਦਮਾਸ਼ ਹਾਂ ਓਏ ਅਸੀਂ ਜਿੱਥੇ ਪੈਰ ਰੱਖੀਏ ਹਨੇਰ ਪਾ ਦਈਏ ਓ ਲੈਟਰੀਨ ਵੀ ਗਿਆ ਕਰ ਇਹਦਾ ਜ਼ਾਲਮ ਹੈ ਲੈਟਰੀਨ ਦਾ ਹਿੱਸਾ ਵੀ ਫੇਰ ਦੇ ਦਰਾਕ ਕੇ ਫੇਰ ਰਹੇ ਹੈ ਔਰ ਪੂਰਾ ਜੱਗ ਜਾਣਦਾ ਹੈ ਕਿ ਸਾਡਾ ਸਾਡੀ ਖੁਰਾਕ ਆਲੂ ਕੀਮਾ ਤਾਂ ਸਾਡਾ ਨਾਂ ਇੱਕ
ਮਾਰੂ ਚੀਮਾ ਜੀਜਾ ਜੀ ਇਹ ਚਲਦੀ ਵੀ ਹੈ ਸਵੇਰ 9 ਵਜੇ ਟਾਈਮ ਨਿਕਲਦਾ ਆ ਕੇ ਚੜ ਜਾਈ ਹੈ ਜਲਦੀ ਹੈ ਤੇ ਲਈ ਫਿਰਨਾ ਔਰ ਮੈਂ ਤੇ ਸਲਵਾਰਾਂ ਦਾ ਨਾ ਪਾਉਂਦਾ ਹੈ ਤੂੰ ਤੇ ਕਹਿ ਰਹੀ ਸੀ ਜੀਜਾ ਮੇਰਾ ਬਦਮਾਸ਼ ਹੈ ਬਦਮਾਸ਼ ਹੈ ਉਹ ਕਾਲੂ ਚੀਮਾ ਓਏ ਤੂੰ ਕੌਣ ਹੈ ਪੌਣੇ ਸਿਰ ਵਾਲਿਆ ਆਪਣਾ ਤਾਰਫ ਕਰਾ ਮੈਂ ਤੈਨੂੰ ਇੱਕ ਫਿਲਮ ਚ ਵੇਖਿਆ ਨਾ ਮੈਂ ਟਾਈਟੈਨਿਕ ਚ ਵੇਖਿਆ ਸਹੀ ਤੂੰ ਟਾਈਟੈਨਿਕ ਚ ਕੰਮ ਕੀਤਾ ਹੈ ਨਾ ਅੱਜ ਕੀਤਾ ਉਹ ਜਿੱਥੇ ਪਾਣੀ ਆਉਂਦਾ ਇੱਕ ਟੋਪੀ ਤਰ ਰਹੀ ਹੁੰਦੀ ਹੈ ਹਾਂ ਟੋਪੀ ਦੇ ਥੱਲੇ ਤੂੰ ਸੈਨਾ ਮੈਂ ਤੈਨੂੰ ਥੱਲੇੋਂ ਵੇਖਿਆ ਸੀ ਤੱਕ ਕਹਿਤਾ ਸੀ ਮੈਂ ਦੱਸ ਇਹ ਤੁਹਾਨੂੰ ਪਤਾ ਨਹੀਂ ਮੈਂ ਇੱਥੇ ਗਾਰਡ ਲੱਗਾ ਹਾਂ ਹੈ ਗਾਰਡ ਲੱਗਾ ਹਾਂ ਇੱਕ ਵਾਰੀ ਮੈਂ ਵੀ ਲੱਗਾ ਸਾ ਫੜਿਆ ਗਿਆ ਸਾ ਉੱਤੋਂ ਹੀ ਯਕੀਨ ਕਰ ਜੀਜਾ ਜੀ ਸਾਲੀਏ ਜੀਜਾ ਜੀ ਸਾਲੀਏ ਤੂੰ ਜਾਣਨੀ ਹੈ ਕਿ ਮੈਂ ਤੇਰੀ ਵੱਡੀ ਭੈਣ ਨਾਲ ਜਪਨ ਕਟੀਟਾ ਕਰਨਾ ਚਾਹਨਾ ਹਾਂ ਹਾਂ ਮੈਨੂੰ ਪਤਾ ਹੈ ਤੇ ਹਲਕੀ ਫੁਲਕੀ ਮੇਰੀ ਤਿਰ ਤੇ ਵੀ ਆਖੇ ਹਾਂ ਮੈਂ ਆਪਣੀ ਬਾਜੀ ਨੂੰ ਦੱਸਾਂਗੀ ਭਾਵੇਂ ਦੱਸ ਤੇ ਭਾਵੇਂ ਨਾ ਦੱਸ ਮੈਂ ਦੋ ਵਿਆਹ ਕਰਨੇ ਨੇ ਦੋ ਡਬਲ ਜਪਨ ਕਟੀਟਾ ਖੁਸਰੇ खाली जगह पुर कर लेना जा चला जा कालू चीमा आ गया मैं क्या साली जी जीजा जी सानू वेख जरा गौर नाल असी तेनू पसंद नहीं आए ਤੁਸੀਂ ਮੈਨੂੰ ਪਸੰਦ ਹੋ ਪਰ ਤੁਹਾਡਾ ਭਾਈ ਜੀ ਠੰਡ ਚਲੇਗੀ ਕੋਟੀ ਲਾ ਦਿਓ ਹੁਣ ਮੈਂ ਤੇਰੇ ਨਾਲ ਪਿਆਰ ਕਰਨਾ ਤੇ ਤੇਰੀ ਭੈਣ ਨਾਲ ਨਹੀਂ ਕਰਨਾ ਸਿਆਣਾ ਨੇ ਸੱਚ ਕਿਹਾ ਹੈ ਸਾਰੀ ਅੱਧੇ ਕੇਲੇ ਵਾਲੀ ਅੱਧੇ ਕੇਲੇ ਵਾਲੀ ਕਿਹੜੀ ਉਹ ਸੌਰੀ ਘਰ ਵਾਲੀ ਮਾਈ ਮਿਸਟੇਕ ਤੁਹਾਨੂੰ ਪਤਾ ਨਾ ਬਾਜੀ ਵੀ ਬਦਮਾਸ਼ ਨੇ ਓਏ ਬਾਜੀ ਬਦਮਾਸ਼ ਤਾਂ ਸਿਰਫ ਸਾਡੇ ਸਿਰ ਤੇ ਹੋਈ ਏ ਸਭ ਤੋਂ ਵੱਡੇ ਬਦਮਾਸ਼ ਅਸੀਂ ਆ ਇਹ ਵੀ ਗੱਲ ਸਹੀ ਹੈ ਇਹ ਖੁਸਰਿਆਂ ਦਾ ਤੇ ਕੁਝ ਕਰੋ ਜੀਜਾ ਜੀ ਖੁਸਰਿਆਂ ਦਾ ਕੀ ਹੋ ਸਕਦਾ ਮੈਨੂੰ ਇਹ ਦੱਸ ਹਾਏ ਮੇਰਾ ਪਠਾਨ ਲੈ ਗਏ ਨੇ ਅੱਛਾ ਤੇਰਾ ਪਠਾਨ ਲੈ ਗਏ ਨੇ ਤੇਰਾ ਸਾਰੀ ਗਾਕੀ ਖਰਾਬ ਆ ਬਾਹਰ ਨਿਕਲੋ ਸਸਤੇ ਆ ਖੁਸਰਿਆਂ ਵੇ ਹਾ ਹੈ ਪੁਲਿਸ ਪੁਲਿਸ ਆ ਦਹਿਸ਼ਤ ਕਰਦਾ ਗਏ ਲੰਮਾ ਹੋ ਜਾ ਕੀ ਹੋ ਗਿਆ ਓ ਲੰਮਾ ਓ ਹਾਏ ਓਏ ਜੀ ਸਲਵਾਰ ਪਾਟੀ ਦੇ ਹਾਂ ਸਲਵਾਰ ਨਹੀਂ ਪਾਟੀ ਸ਼ੀਸ਼ਾ ਲੱਗਾ ਤੇ ਆਪਣੇ ਮੂੰਹ ਨਜ਼ਰ ਆਇਆ ਬੜੀ ਵੱਡੀ ਜਗ੍ਹਾ ਹੈ ਸ਼ੀਸ਼ਾ ਫਿੱਟ ਕਰਾਇਆ ਓਏ ਮੈਂ ਤੇਰੇ ਸਦਕੇ ਜਾਵਾਂ ਤੇਰਾ ਤਾਂ ਛੱਕ ਹੀ ਟੁੱਟੇ ਨੇ ਸਾਰੇ ਪਰ ਆ ਕੇ ਖਲੋਵੇ ਤੇਰੀ ਮੈਨੇ ਸਾਰਾ ਕਿ ਬੜਾ ਕੰਮ ਖਰਾਬ ਹੋਇਆ ਮਾਫੀ ਮੰਗਾ ਮੇਰੀ ਸਾਲੀ ਕੋਲੋਂ ਮਾਫੀ ਮੰਗਦੀ ਮੇਰੀ ਜੁੱਤੀ ਓਏ ਆਪ ਮੰਗੋ ਜੁੱਤੀ ਤੇ ਰੋਜ਼ ਹੀ ਮੰਗਦੀ ਰਹਿੰਦੀ ਹੈ ਚੱਲ ਮਾਫੀ ਮੰਗ ਮਾਫੀ ਮੰਗ ਪਰ ਆ ਕੇ ਨਹੀਂ ਕਾਲੇ ਕੱਲਾ ਹੀ ਖੁਸਰਾ ਸੀ ਕੱਲਾ ਹੀ ਸੀ ਨਹੀਂ ਹੋਰ ਵੀ ਖੁਸਰਾ ਇੱਕ ਪੱਤਾ ਖੁਸਰਾ ਬਸ ਮੇਰਾ ਗੁਰੂ ਨਾ ਆਂਡੇ ਅੰਦਰ ਨਾ ਜਾਈ ਮੈਂ ਦੱਸਦਾ ਮਤਲਬ ਉਹ ਚੱਲ ਨਾ ਰਿਹਾ ਕਿ ਰੀਮਾ ਨਾ ਰਹੀ ਹੈ ਤੂੰ ਵੇਖੀ ਹੁਣ ਤੇਰੇ ਨਾਲ ਕੀ ਹੋਣਾ ਖੁਸਰਿਆ ਨਹੀਂ ਦੱਸਾਂਗੇ ਕੀ ਮਸਲਾ ਇੱਥੇ ਮੁੱਦਾ ਤੂੰ ਅੰਦਰ ਜੋ ਜਗ੍ਹਾ ਬਣੀ ਸੀ ਇੱਥੇ ਅਲੀ ਪਬਲਿਕ ਬਹਿਰੀ ਮੁੱਦਾ ਆ ਜਾ ਕਿਧਰ ਮੁੱਦਾ ਤਲਵਾਰ ਫੜ ਮੈਂ ਦੁਕਾਨਾਂ ਹੀ ਢਾ ਦੇਣੀਆਂ ਸਾਡੀਆਂ ਦੁਕਾਨਾਂ ਤੇ ਨਾ ਵੜਨਗੇ ਗਾ ਸਾਡੀਆਂ ਦੁਕਾਨਾਂ ਸ਼ਾਲਮੀ ਚ ਨੇ ਜੀਜਾ ਜੀ ਇਹ ਖੁਸਰੇ ਨੇ ਮੇਰੇ ਨਾਲ ਬੜੀ ਬਦਤਮੀਜ਼ੀ ਕੀਤੀ ਤੂੰ ਨੇ ਬੜੀ ਬਦਤਮੀਜ਼ੀ ਕੀਤੀ ਚੱਲ ਓਏ ਚੱਲ ਕੀ ਮਸਲਾ ਤੇਰਾ ਓਏ ਕੋਈ ਯਾਰ ਆ ਜਾ ਤੇਰਾ ਕੀ ਮਸਲਾ ਆ ਜਾ ਇੱਥੇ ਪੀਐਸਐਲ ਸ਼ੁਰੂ ਕਰੀਏ ਆ ਜਾ ਲਾਹੌਰ ਕਲੰਦਰ ਤੇ ਹਾਰ ਹੀ ਗਿਆ ਚਲੋ ਅਸੀਂ ਜਲਣ ਵਾਲਾ ਕਲੰਦਰ ਹੀ ਖੇਡ ਲਈਏ ਚਲੋ ਮੈਂ ਕੀਪਰ ਆ ਠੀਕ ਹੈ ਵਿਕਟਾ ਛੱਡ ਕੇ ਜ਼ਿਆਦਾ ਥੁੱਕ ਨਾ ਲਾਈ ਗੇਂਦ ਤੇ ਲੱਗ ਜਾਣੀ ਮੈਂ ਤੈਨੂੰ ਦੱਸਾਂ ਤੇਰਾ ਵਿਕਟਾ ਛੱਡ ਕੇ ਓਏ ਚੱਕੇ ਆ ਜਾ ਆ ਭਾਈ ਸਟਾਰਟ ਲੈ ਰਹਾ ਹਾਂ शॉट मारी गई है ये
ਚੱਲ ਚੱਲ ਮੌਤਾ ਕਿੱਥੇ ਕਿੱਥੇ ਗਈ ਵੇਖੇ ਤੈਨੂੰ ਛੱਕਾ ਮਾਰਿਆ ਕਿ ਨਹੀਂ ਅੱਜ ਹਾਏ ਹੋਏ ਉਹ ਸਵਿੰਗ ਕਰਨਾ ਉਹ ਵਿਕਟ ਛੱਡ ਦੇ ਵਿਕਟ ਛੱਡ ਸਵਿੰਗ ਐ ਕਰੀ ਤੇ ਐ ਤੇਰੀ ਭੈਣ ਨੇ ਕਰਨਾ ਐ ਕੀ ਨਾ ਕਰਨਾ ਸੀ ਯਾਰ ਐ ਕੀ ਨਾ ਕਰਨਾ ਸੀ ਯਾਰ ਤੂੰ ਵੀ ਤਾਂ ਵਿਕਟ ਛੱਡ ਨਾ ਮੈਂ ਤੈਨੂੰ ਵਿਕਟ ਫੜਾ ਹੀ ਨਾ ਦਿਆਂ ਚੱਲ ਤੂੰ ਵਿਕਟ ਛੁਡਾ ਰਿਹਾ ਮੇਰੇ ਕੋਲ ਇੱਕ ਮਿੰਟ ਰੁਕ ਜਰਾ ਵਿਕਟ ਛੱਡ ਚੱਲ ਤੁਸੀਂ ਇੱਥੇ ਆ ਜਾ ਇਸੇ ਪਰੇ ਰੱਖੋ ਗੇਂਦ ਗਾਇਬ ਨਾ ਹੋਏ ਸਮਝ ਗਏ ਸਮਝ ਗਏ ਵਿਕਟ ਛੱਡ ਕੀ ਛੱਡਣ ਦੇ ਆ ਮੇਰੇ ਤਾਂ ਪਿਛਲੇ ਹੀ ਹੁੰਦੇ ਨੇ ਤੂੰ ਚੁੱਪ ਰਹਿ ਤੁਹਾਡੇ ਅਗਲੇ ਹੁੰਦੇ ਨਾ पठान ओए गंदे काम कर दे नहीं एक मिनट कितने पठान कितने और पठान